ਜਲੰਧਰ ਵੈਸਟ ਦੀ ਜ਼ਿਮਨੀ ਚੋਣ ਦੇ ਵਿੱਚ ਕੀ ਕੁਝ ਹਾਲਾਤ ਰਹਿਣਗੇ ਕਿਉਂਕਿ ਮੁਕਾਬਲਾ ਇਸ ਵਾਰ ਵੀ ਕਾਫੀ ਦਿਲਚਸਪ ਹੋ ਸਕਦਾ ਹੈ ਤਸਵੀਰ ਪਹਿਲਾਂ ਨਾਲੋਂ ਵੱਖਰੀ ਨਜ਼ਰ ਆ ਸਕਦੀ ਹੈ ਕਿਸੇ ਵੇਲੇ ਅਮਨੇ ਸਾਹਮਣੇ ਰਹਿਣ ਵਾਲੇ ਇਕੱਠੇ ਨਜ਼ਰ ਆ ਸਕਦੇ ਆ ਸੱਜੇ ਵਾਲਾ ਖੱਬੇ ਨਜ਼ਰ ਆ ਸਕਦਾ ਹੈ ਖੱਬੇ ਵਾਲਾ ਸੱਜੇ ਨਜ਼ਰ ਆ ਸਕਦਾ ਤੁਸੀਂ ਆਪ ਸਮਝ ਗਏ ਹੋ ਕਿ ਜਲੰਧਰ ਦੇ ਵਿੱਚ ਇਹਨਾਂ ਗੱਲਾਂ ਦਾ ਮਤਲਬ ਕੀ ਹੈ ਸੁਸ਼ੀਲ ਕੁਮਾਰ ਰਿੰਕੂ ਸਾਡੇ ਨਾਲ ਨੇ ਭਾਜਪਾ ਆਗੂ ਤੇ ਸਾਬਕਾ ਐਮਪੀ ਰਿੰਕੂ ਜੀ ਜਲੰਧਰ ਦੇ ਵਿੱਚ ਖਾਸ ਕਰਕੇ ਪਾਰਟੀ ਬਦਲਣ ਦਾ ਮੁੱਦਾ ਵੱਡੇ ਤੌਰ ਤੇ ਪਿਛਲੀਆਂ ਚੋਣਾਂ ਚ ਵੀ ਹਾਵੀ ਰਿਹਾ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਤੁਸੀਂ ਇਸ ਗੱਲ ਨਾਲ ਸਹਿਮਤ ਹੋவோ ਨਾ ਹੋਵੋ ਨੁਕਸਾਨ ਕਿੰਨੇ ਕਿਤੇ ਉਸ ਚੀਜ਼ ਦਾ ਚੱਲਣਾ ਪਿਆ ਹੋਵੇਗਾ ਕੀ ਸਮਝਦੇ ਹੋ ਇੱਕ ਵਾਰੀ ਫਿਰ ਅਸਤੀਫਾ ਦੇਣ ਤੋਂ ਬਾਅਦ ਉਂਗਰਾਲ ਸਾਹਿਬ ਦੇ ਤੁਮਾਰਾ ਚੋਣ ਸਿਰ ਤੇ ਆ ਪਈ ਹੈ ਲੋਕ ਕਿਵੇਂ ਦੇਖਣਗੇ ਇਸ ਚੋਣ ਨੂੰ ਅ ਦੇਖੋ ਮੇਰਾ ਖਿਆਲ ਆ ਕਿ ਇਹ ਚੋਣ ਹੈ ਜਿਹੜੀ ਅਸਤੀਫਾ ਜਿਹੜਾ ਬੜੀ ਜਲਦਬਾਜ਼ੀ ਚ ਜਿਹੜਾ ਸੈਪਟ ਕੀਤਾ ਗਿਆ ਖੈਰ ਮੈਂ ਕਾਨੂੰਨੀ ਤੌਰ ਦੇ ਉੱਤੇ ਤਾਂ ਕੋਈ ਕਮੈਂਟ ਨਹੀਂ ਕਰਨਾ ਜਾਂਦਾ ਪਰ ਕਿਉਂਕਿ politically ਜੇ ਮੈਂ ਦੇਖਾਂ ਇਹ ਜਿਹੜੇ ਨਤੀਜੇ ਆ ਜਿਹੜੀਆਂ ਇਸ ਤੋਂ ਬਾਅਦ ਚਾਰ ਹੋਰ ਜਮਨੀ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਇਹ ਕਿਤੇ ਨਾ ਕਿਤੇ ਹੋਣਾ ਚੋਣਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਆ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਸੀਗੇ ਕਿ ਪੰਜੇ ਦੀਆਂ ਪੰਜੇ ਚੋਣਾਂ ਜਿਹੜੀਆਂ ਇੱਕੋ ਹੀ ਟਾਈਮ ਤੇ ਹੁੰਦੀਆਂ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਪੰਜਾਬ ਦੀ ਉਹ ਪੰਜ ਥਾਂ ਦੇ ਉੱਤੇ ਇਕੱਠਾ ਫੋਕਸ ਨਹੀਂ ਕਰ ਸਕਦੀ ਜਿਹਦੇ ਕਰਕੇ ਉਹਨਾਂ ਨੇ ਜਿਹੜੀ ਜਲੰਧਰ ਵੈਸਟ ਦੀ ਜਿਮਨੀ ਚੋਣ ਆ ਇਹਦਾ ਫਟੋ ਫਟ ਰਾਤੋਂ ਰਾਤ ਜਿਹੜਾ ਇਸਤੀਫਾ ਮਨਜ਼ੂਰ ਕਰਕੇ ਜਿਹੜਾ ਇਹਦੀ ਰਿਪੋਰਟ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਆ ਕਿਤਨਾ ਕਿਤੇ ਸਰਕਾਰ ਜਿਹੜੀ ਹੈ ਇਸ ਇਕੱਲੀ ਸੀਟ ਦੇ ਉੱਤੇ ਜਿਹੜਾ ਪੂਰੀ ਤਾਕਤ ਦੇ ਨਾਲ ਫੋਕਸ ਕਰ ਸਕਦੀ ਹੈ ਕੀ ਲੱਗਦਾ ਫਿਰ ਜਲੰਧਰ ਜਲੰਧਰ ਵੈਸਟ ਸੀਟ ਇੰਨੀ ਇੰਪੋਰਟੈਂਟ ਤੁਹਾਨੂੰ ਕਿਉਂ ਲੱਗ ਰਹੀ ਹੈ ਕਿ ਵੀ ਇਸ ਸੀਟ ਤੇ ਇਕੱਲੀ ਤੇ ਫੋਕਸ ਕਰਨਾ ਚਾਹੁੰਦੀ ਹੈ ਸਰਕਾਰ ਦੇਖੋ ਸਰਕਾਰ ਲਈ ਤਾਂ ਵੈਸੇ ਸਾਰੀਆਂ ਸੀਟਾਂ ਜ਼ਰੂਰੀ ਹੁੰਦੀਆਂ ਪਰ ਕਿਉਂਕਿ ਜਲੰਧਰ ਵੈਸਟ ਦੇ ਜਿਹੜੇ ਐਮਐਲਏ ਸਾਹਿਬ ਹੈ ਇਹ ਸਰਕਾਰ ਚੋਂ ਬਾਹਰ ਆਏ ਆ ਸੋ ਇਸ ਕਰਕੇ ਕਿਤਨਾ ਕਿਤੇ ਸਰਕਾਰ ਦੀ ਨਕਦਾ ਸਵਾਲ ਵੀ ਹੈ ਮੈਨੂੰ ਇਹ ਵੀ ਪਤਾ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਵੀ ਪੂਰਾ ਟਾਈਮ ਹੈ ਜਿਹੜਾ ਜਲੰਧਰ ਦੇ ਵਿੱਚ ਸਟੇ ਕਰਨਗੇ ਇਦਾਂ ਦੀਆਂ ਖਬਰਾਂ ਵੀ ਸੋਨ ਨੂੰ ਮਿਲ ਰਹੀਆਂ ਕਿਤਨਾ ਕਿਤੇ ਸਰਕਾਰ ਜਿਹੜੀ ਪੂਰੀ ਤਿਆਰੀ ਕਰੀ ਬੈਠੀ ਹੈ ਕਿ ਜਲੰਧਰ ਦੀ ਜ਼ਮੀਨੀ ਚੋਂ ਜਿਤਨੀ ਪਰ ਵੀ ਕਿਹਾ ਕਹਿੰਦੇ ਨੇ ਬਾਕੀ ਤਰ੍ਹਾਂ ਕਿ ਭਾਈ ਅਸਤੀਫਾ ਹੁਣ ਜਿੱਦਾਂ ਤੁਸੀਂ ਮਨਜ਼ੂਰ ਕਰਨ ਤੇ ਸਵਾਲ ਚੁੱਕ ਰਹੇ ਹੋ ਕਹਿੰਦੇ ਅਸਤੀਫਾ ਦਿੱਤਾ ਤੇ ਇਹਨਾਂ ਨੇ ਨਹੀਂ ਸੀ ਤੇ ਜੇ ਅਸਤੀਫਾ ਦਿੱਤਾ ਸੀ ਫਿਰ ਮਨਜ਼ੂਰ ਕਰਨ ਤੋਂ ਬਾਅਦ ਇਹਨੇ ਸਵਾਲ ਚੁੱਕਣ ਦੀ ਲੱਗਦਾ ਹੈ ਕਿ ਜ਼ਰੂਰਤ ਸੀ ਨਹੀਂ ਅਸੀਂ ਤਾਂ ਚਾਹੁੰਦੇ ਸੀਗੇ ਕਿ ਪੰਜੇ ਇਲੈਕਸ਼ਨ ਇਕੱਠੇ ਹੁੰਦੇ ਪਰ ਚਲੋ ਜੇ ਇਲੈਕਸ਼ਨ ਆ ਗਿਆ ਅਸੀਂ ਇਲੈਕਸ਼ਨ ਤੋਂ ਭਜਦੇ ਨਹੀਂ ਡਰਦੇ ਨਹੀਂ ਕਿਉਂਕਿ ਇਹ ਜਿਹੜਾ ਇਲੈਕਸ਼ਨ ਹੈ ਜਲੰਧਰ ਵੈਸਟ ਵਾਲਾ ਅਸੀਂ ਪੂਰੇ ਵਿਸ਼ਵਾਸ ਮਜ਼ਬੂਤੀ ਔਰ ਮਿਹਨਤ ਦੇ ਨਾਲ ਲੜਾਂਗੇ ਔਰ ਇਲੈਕਸ਼ਨਾਂ ਜਿਹੜਾ ਜਿੱਤਾਂਗੇ ਜਲੰਧਰ ਵੈਸਟ ਤੋਂ ਤਾਜ਼ਾ-ਤਾਜ਼ਾ ਅਸਤੀਫਾ ਸ਼ੀਤਲੋਂ ਗਰਾਲ ਨੂੰ ਰਾਨੇ ਦਿੱਤਾ ਤੁਸੀਂ ਵੀ ਇੱਥੋਂ ਵਿਧਾਇਕ ਰਹੇ ਹੋ ਇੱਕ ਦੂਜੇ ਦੇ ਸਾਹਮਣੇ ਸਾਹਮਣੇ ਚੋਣ ਵੀ ਲੜਦੇ ਰਹੋ ਇੱਕ ਦੂਜੇ ਦੇ ਸ਼ਾਸਕੀ ਵਿਰੋਧੀ ਵੀ ਰਹੇ ਹੋ ਪਰ ਹੁਣ ਤੁਹਾਡੀ ਔਰ ਰੰਗਰਾਲ ਸਾਹਿਬ ਦੀ ਦੋਸਤੀ ਦੀਆਂ ਵੀ ਕਈ ਤਰ੍ਹਾਂ ਦੀ ਚਰਚਾਵਾਂ ਚੱਲਦੀਆਂ ਤਾਂ ਇਸ ਇਲੈਕਸ਼ਨ ਦੇ ਵਿੱਚ ਕਿ ਤੁਸੀਂ ਵੀ ਦਾਵੇਦਾਰ ਸਮਝਦੇ ਹੋ ਆਪਣੇ ਆਪ ਨੂੰ ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਕਿਤੇ ਤਦਾ ਖੇਡ ਸਕਦੀ ਹੈ ਦੇਖੋ ਮੈਂ ਤਾਂ ਮੇਰੇ ਵੱਲੋਂ ਤਾਂ ਕਿਸੇ ਤਰ੍ਹਾਂ ਦਾਵਾ ਪੇਸ਼ ਨਹੀਂ ਕੀਤਾ ਗਿਆ ਕਿਉਂਕਿ ਜਿਨ੍ਹਾਂ ਦਾ ਇਹ ਹੱਕ ਬੰਦਾ ਐਮਐਲਏ ਸਾਹਿਬ ਨੇ ਪਾਰਟੀ ਛੱਡੀ ਹੈ ਅਸਤੀਫਾ ਦਿੱਤਾ ਔਰ ਬੀਜੇਪੀ ਚ ਸ਼ਾਮਲ ਹੋਏ ਤਾਂ ਉਹਨਾਂ ਦਾ ਹੱਕ ਪੰਦਾ ਕਿ ਉਹ ਇਲੈਕਸ਼ਨ ਲੜਨ ਸਿਆਸਤ ਦੇ ਵਿੱਚ ਕਹਿੰਦੇ ਕਿ ਭਾਵਨਾਵਾਂ ਦੇ ਲਈ ਕਿਤੇ ਕੋਈ ਬੋਧੀ ਥਾਂ ਨਹੀਂ ਹੁੰਦੀ ਜਿਸ ਤਰ੍ਹਾਂ ਦਾ ਇਸ ਤੋਂ ਪਹਿਲਾਂ ਆਪਾਂ ਸਿਆਸਤ ਦੇਖੀ ਆ ਤਾਂ ਤੁਸੀਂ ਵੀ ਫਿਲਹਾਲ ਕਿਉਂਕਿ ਮੈਂਬਰ ਪਾਰਲੀਮੈਂਟ ਦੀ ਚੋਣ ਤੁਸੀਂ ਹਾਰ ਗਏ ਹੋ ਇਸੇ ਹਲਕੇ ਤੋਂ ਵਿਧਾਇਕ ਵੀ ਰਹੇ ਹੋ ਤਾਂ ਕਿਤੇ ਨਾ ਕਿਤੇ ਜ਼ੈਨ ਦੇ ਵਿੱਚ ਆਉਂਦਾ ਕਿ ਜੇ ਤੁਹਾਨੂੰ ਪਾਰਟੀ ਚੋਂ ਲੜਾਉਣਾ ਚਾਹੁੰਦੀ ਹੈ ਤਾਂ ਤੁਸੀਂ ਚੋਣ ਲੜਨ ਦੇ ਇੱਛੁਕ ਹੋਵੋਗੇ ਦੇਖੋ ਗੱਲ ਆ ਕਿ ਹਜੇ ਇਦਾਂ ਦਾ ਕੋਈ ਸਵਾਲ ਨਹੀਂ ਹੈ ਕਿਉਂਕਿ ਅੰਗਰਾਲ ਸਾਹਿਬ ਹੈ ਜਿਹੜੇ ਇਸੇ ਸ਼ਰਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਸੀਗੇ ਔਰ ਅਸੀਂ ਇਕੱਠੇ ਸੀਗੇ ਸਾਰੀਆਂ ਗੱਲਾਂ ਹਾਈ ਕਮਾਂਡ ਦੇ ਸਾਹਮਣੇ ਵੀ ਹੋਈਆਂ ਤਾਂ ਉਹਨਾਂ ਦੀ ਤਿਆਰੀ ਬਿਲਕੁਲ ਚੱਲ ਰਹੀ ਆ ਔਰ ਮੇਰੇ ਵੱਲੋਂ ਕਿਸੇ ਤਰ੍ਹਾਂ ਦਾ ਨਾ ਕੋਈ ਦਾਵਾ ਪੇਸ਼ ਕੀਤਾ ਗਿਆ ਔਰ ਨਾ ਹੀ ਮੈਂ ਇਸੂਕਾਂ ਹਾਂ ਅਗਰ ਅੰਗਰਾਲ ਸਾਹਿਬ ਜਾਂ ਪਾਰਟੀ ਜੋ ਵੀ ਅਗਲਾ ਫੈਸਲਾ ਦਾ ਦੇਖੋ ਇਹ ਤਾਂ ਨਹੀਂ ਪਤਾ ਹੁੰਦਾ ਭਵਿੱਖ ਦਾ ਕਿੱਧਰ ਨੂੰ ਜਾਣਾ ਪਰ ਜੋ ਵੀ ਹੋਏਗਾ ਇਹ ਪੂਰੀ ਸਹਿਮਤੀ ਦੇ ਨਾਲ ਹੋਏਗਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵਿਖਰਾਵ ਨਹੀਂ ਹੈ ਔਰ ਕਿਉਂਕਿ ਹਕ ਅੰਗਰਾਲ ਸਾਹਿਬ ਦਾ ਬੰਦਾ ਸੋ ਪਹਿਲ ਬਿਲਕੁਲ ਉਹਨਾਂ ਦੀ ਹੈ ਔਰ ਅਸੀਂ ਡਟ ਕੇ ਉਹਨਾਂ ਦੀ ਮਦਦ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਜਾਨੀ ਜੇ ਕਿਸੇ ਸਟੇਜ ਤੇ ਤੁਹਾਡਾ ਜ਼ਿਕਰ ਆਉਂਦਾ ਤਾਂ ਫਿਰ ਤੁਸੀਂ ਚੋਣ ਲੜੋਗੇ ਨਹੀਂ ਦੇਖੋ ਇਹ ਤਾਂ ਸਾਰੀਆਂ ਸਹਿਮਤੀ ਦੀਆਂ ਗੱਲਾਂ ਇਹ ਤਾਂ ਹਜੇ ਇਦਾਂ ਦੇ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਜੇ ਇਦਾਂ ਦੇ ਹਾਲਾਤ ਹੈ ਨਹੀਂ ਕਿਉਂਕਿ ਹਾਈ ਕਮਾਂਡ ਦੇ ਨਾਲ ਜਿਹੜੀ ਗੱਲ ਹੋਈ ਸੀ ਮੇਰੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਸੋ ਉਹਨਾਂ ਦੀ ਤਿਆਰੀ ਆ ਉਹ ਪੂਰੀ ਤਿਆਰੀ ਕਰ ਰਹੇ ਹੋ ਔਰ ਅਸੀਂ ਵੀ ਜਿਹੜਾ ਮੈਂ ਵੀ ਕੱਲ ਤੋਂ ਜਿਹੜੀ ਹੈ ਇਹਦੀ ਤਿਆਰੀ ਇਲੈਕਸ਼ਨ ਦੀ ਸ਼ੁਰੂ ਕਰ ਦਿੱਤੀ ਮੁਕਾਬਲਾ ਕਿਵੇਂ ਦੇਖਦੇ ਹਾਂ ਇਸ ਸੀਟ ਤੇ ਮੁਕਾਬਲਾ ਇੱਕ ਤਾਂ ਹੁੰਦਾ ਕਿ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਪਰ ਇੱਥੇ ਹੁਣ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਹ ਰੋਸ ਹੋਏਗਾ ਕਿ ਪਾਰਟੀ ਬਦਲਣਾ ਜਾਂ ਅਸਤੀਫਾ ਦੇਣਾ ਇਸ ਚੀਜ਼ ਨੂੰ ਵੀ ਨਾਲ ਬੈਲੈਂਸ ਕਰਕੇ ਚੱਲਣਾ ਪੈਣਾ ਮੈਨੇਜ ਕਰਕੇ ਚੱਲਣਾ ਪੈਣਾ ਤਾਂ ਮੁਕਾਬਲਾ ਇਹਨਾਂ ਮੁੱਦਿਆਂ ਨਾਲ ਦੇਖਦੇ ਹੋ ਇਹਨਾਂ ਇਸ਼ੂਜ਼ ਨਾਲ ਦੇਖਦੇ ਹੋ ਜਾਂ ਮੁੱਖ ਮੁਕਾਬਲਾ ਵਿਰੋਧੀ ਧਿਰਾਂ ਦੇ ਨਾਲ ਦੇਖਦੇ ਹੋ ਦੇਖੋ ਗੱਲ ਆ ਕਿ ਜਿਹੜਾ ਲੋਕਾਂ ਦਾ ਰੋਸ ਸੀਗਾ ਲੋਕਾਂ ਦਾ ਰੋਸ ਬਾਰ-ਬਾਰ ਨਹੀਂ ਹੁੰਦਾ ਲੋਕਾਂ ਨੇ ਆਪਣਾ ਰੋਸ ਕੱਢ ਲਿਆ ਜਿਹੜਾ ਕੱਢਣਾ ਸੀ ਗੁੱਸਾ ਨਿਕਲ ਚੁੱਕਾ ਹੈ ਉਨੇ ਜਿਹੜੇ ਜਿਹੜੇ ਚੋਣ ਚ ਹੈ ਜਿਹੜੇ ਜਿਹੜੇ ਲੋਕਾਂ ਨੇ ਵੋਟ ਨਹੀਂ ਸੀ ਪਾਈ ਇਸ ਵਾਰ ਜਿਹੜੇ ਆਪਣੇ ਸੀਗੇ ਤਾਂ ਉਹਨਾਂ ਨੇ ਆਪਣਾ ਗੁੱਸਾ ਕੱਢ ਲਿਆ ਸੋ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਨਾ ਕਰ ਵੀ ਰਹੇ ਆ ਕਿ ਉਹ ਵਾਪਸ ਵੀ ਆ ਰਿਹਾ ਉਹਨਾਂ ਵੱਲੋਂ ਜਿਹੜੀ ਹੈ ਪੂਰਾ ਆਸ਼ਵਾਸਨ ਮਿਲ ਰਿਹਾ ਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਪੂਰਾ ਡਟ ਕੇ ਮਦਦ ਕਰਾਂਗੇ ਪਾਰਲੀਮੈਂਟ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਇੱਕ ਵੱਡੀ ਜਿੱਤ ਤੋਂ ਬਾਅਦ ਕਾਂਗਰਸ ਵੀ ਕਾਫੀ ਆਪਦੇ ਹੌਸਲੇ ਬਲੰਦ ਕਰੀ ਫਿਰਦੀ ਆ ਕਾਂਗਰਸ ਨੂੰ ਵੀ ਲੱਗਦਾ ਹੈ ਕਿ ਹੁਣ ਅਸੀਂ ਮਜ਼ਬੂਤ ਆ ਕਿਉਂਕਿ ਵੋਟ ਵੀ ਵਧਿਆ ਇਸ ਹਲਕੇ ਦੇ ਵਿੱਚ ਕਾਂਗਰਸ ਦਾ ਉਧਰ ਸੱਤਾਧਰ ਤੁਸੀਂ ਆਪ ਕਹੇ ਕਿ ਮੁੱਖ ਮੰਤਰੀ ਸਾਹਿਬ ਇਹ ਪੂਰਾ ਟਾਈਮ ਦੇਣ ਦੀ ਤਿਆਰੀ ਦੇ ਵਿੱਚ ਹੈ ਤਾਂ ਫਿਰ ਮੁਕਾਬਲਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਤਾਂ ਹਜੇ ਤਾਂ ਨਾਮੀਨੇਸ਼ਨ ਤੋਂ ਬਾਅਦ ਇੱਕ ਵਾਰੀ ਫੇਰ ਆਪਾਂ ਇਕੱਠੇ ਹੋਵਾਂਗੇ ਵਿਰਾਟ ਸਾਹਿਬ ਨਾਮੀਨੇਸ਼ਨ ਤੋਂ ਬਾਅਦ ਹੀ ਜਿਹੜੀ ਸਥਿਤੀ ਹੈ ਇਹਦੇ ਤੇ ਮੈਂ ਗੱਲ ਕਰ ਪਾਵਾਂਗਾ ਬਟ ਇਹ ਹੈ ਕਿ ਛੋਟਾ ਇਲੈਕਸ਼ਨ ਹੈ ਔਰ ਇਹਦੇ ਵਿੱਚ ਬੜੀ ਫਸਮੀ ਫਾਈਟ ਹੈ ਜਿਹੜੀ ਹਰ ਪਾਰਟੀ ਹੈ ਆਪਣੀ ਜਿਹੜੇ ਪਵਿੱਤਰ ਦੇ ਲਈ ਆਪਣੀ ਹੋਂਦ ਦੇ ਲਈ ਜਿਹੜੀ ਹੈ ਇਹਦੀ ਲੜਾਈ ਲੜੇਗੀ ਮੰਨ ਲਿਓ ਕਿ ਲੋਕਾਂ ਦੇ ਵਿੱਚ ਦਿਲਚਸਪੀ ਆਮ ਦੇ ਨਾਲੋਂ ਕਿਤੇ ਨਾ ਕਿਤੇ ਘਟੇਗੀ ਜਾਂ ਘਟਦੀ ਨਜ਼ਰ ਆ ਸਕਦੀ ਹੈ ਦੇਖੋ ਇਹ ਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਲੋਕ ਨੂੰ ਕਨਵਿੰਸ ਵੀ ਕਰਨਾ ਪੈਣਾ ਕਿਉਂਕਿ ਜਨਤਾ ਜਨਾਰਦਨ ਹੈ ਹਮਮ ਛੁੱਟੀਆਂ ਵੀ ਹੈ ਮੇਰਾ خیال ਹੈ ਕਿ ਸ਼ਾਇਦ ਜੁਲਾਈ 10 ਤੱਕ ਸਕੂਲ ਖੁੱਲਦੇ ਕਿ ਨਹੀਂ ਖੁੱਲਦੇ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਅਗਰ ਵਰਕਿੰਗ ਡੇ ਰਹੇ ਤਾਂ 10 ਤਰੀਕ ਨੂੰ ਆਈ ਥਿੰਕ ਵਾਰ ਕੀ ਹੈ ਜੀ ਛੁੱਟੀ ਹੈ ਉਸ ਦਿਨ ਜਾਂ ਕੀ ਹੈ ਇਹ ਇਹ ਬੜਾ ਇਹਦੇ ਤੇ ਵੀ ਡਿਪੈਂਡ ਕਰਦਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਛੁੱਟੀਆਂ ਦੇ ਵਿੱਚ ਆਪਣੇ ਆਪਣੇ ਰੁਝੇਵਿਆਂ 'ਚ ਲੱਗੇ ਰਹਿੰਦੇ ਜਿਹਦੇ ਕਰਕੇ ਵੋਟ ਪਰਸੈਂਟੇਜ ਵੀ ਘਟ ਹੁੰਦਾ ਮੁੱਖ ਤੌਰ ਤੇ ਕੀ ਲੱਗਦਾ ਕਿ ਮੁੱਦਾ ਇਹਨਾਂ ਚੋਣਾਂ ਦੇ ਵਿੱਚ ਕੀ ਹਾਵੀ ਰਹਿ ਸਕਦਾ ਕਿਉਂਕਿ ਉਂਗਰਾਲ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ ਉਂਗਰਾਲ ਹੋਣੀ ਸਾਰਾ ਠੀਕ ਰ ਸਰਕਾਰ ਸਰਪੰਨ ਦੇ ਨਜ਼ਰੀਏ ਕਿ ਜੇ ਮੈਂ ਇੱਥੇ ਕੁਝ ਕਰ ਨਹੀਂ ਸਕਿਆ ਤਾਂ ਸਰਕਾਰ ਨੇ ਮੈਨੂੰ ਸਹਿਯੋਗ ਨਹੀਂ ਤਾਂ ਤਾਂ ਮੈਂ ਅਸਤੀਫਾ ਦੇਤਾ ਤਾਂ ਕੁੱਲ ਮਿਲਾ ਕੇ ਕੀ ਲੱਗਦਾ ਇਸ ਚੋਣ ਦੇ ਵਿੱਚ ਮੁੱਖ ਮੁੱਦਾ ਕੀ ਰਹਿਣ ਵਾਲਾ ਕਿਉਂਕਿ ਗੱਲ ਆਖਿਰਕਾਰ ਲੋਕਾਂ ਦੀ ਹੈ ਜੇ ਲੋਕਾਂ ਨੇ ਵਿਧਾਇਕ ਚੁਣਨਾ ਜਾਂ ਮੈਂਬਰ ਪਾਰਲੀਮੈਂਟ ਚੁਣਿਆ ਜਾਂ ਤੁਹਾਨੂੰ ਵੀ ਚੁੰਨਦੇ ਰਿਹਾ ਤਾਂ ਉਹਨਾਂ ਦਾ ਮਕਸਦ ਸਿਰਫ ਤੁਹਾਨੂੰ ਗੱਡੀ ਕੁਰਸੀ ਗੱਨਵੇਂ ਨਾਲ ਟਿੱਕਰ ਨਹੀਂ ਉਹਨਾਂ ਦਾ ਮਕਸਦ ਆਪਣੇ ਜਿਹੜੇ ਕੰਮ ਨੇ ਜਿਹੜੇ ਇੱਕ ਆਪਣੇ ਅਗੂ ਤੋਂ ਚਾਹੁੰਦੇ ਨੇ ਉਹਨਾਂ ਨਾਲ ਤਾਂ ਕੀ ਲੱਗਦਾ ਕਿਹੜੇ ਮੁੱਦੇ ਹਾਵੀ ਰਹਿ ਸਕਦੇ ਨੇ ਦੇਖੋ ਇਹ ਤਾਂ ਲੋਕਲ ਇਲੈਕਸ਼ਨ ਹੈ ਲੋਕ ਕਲੈਕਸ਼ਨ ਤਾਂ ਸਰਕਾਰ ਦੇ ਖਿਲਾਫ ਹੀ ਲੜਿਆ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ ਅੱਜ ਲੋਕ ਜਿਹੜੀਆਂ ਬੇਸਿਕ ਸੁਵਿਧਾਵਾਂ ਦੇ ਨਾਲ ਦੋ ਚਾਰ ਹੋ ਰਹੇ ਆ ਸੀਵਰੇਜ ਦੀ ਬਲੋਕੇਜ ਦੀ ਬੜੀ ਸਮੱਸਿਆ ਹੈ ਪੀਣ ਵਾਲਾ ਜਿਹੜਾ ਪਾਣੀ ਆ ਉਹਦੇ ਵਿੱਚ ਕੰਟਾਮਿਨੇਸ਼ਨ ਆ ਪਾਣੀ ਗੰਦਾ ਲੋਕਾਂ ਨੂੰ ਸਪਲਾਈ ਹੋ ਰਿਹਾ ਸੀਵਰ ਸਫਾਈ ਦੀ ਬੜੀ ਸਮੱਸਿਆ ਹੈ ਜਗਾ ਜਗਾ ਕੂੜੇ ਦੇ ਢੇਰ ਲੱਗੇ ਆ ਸਟਰੀਟ ਲਾਈਟ ਜਿਹੜੀ ਤਕਰੀਬਨ ਸਾਰੇ ਸ਼ਹਿਰ ਦੀ ਬੰਦ ਪਈ ਹੈ ਸੋ ਇਹ ਜਿਹੜੇ ਮੁੱਦੇ ਆ ਬੜੇ ਹਾਵੀ ਰਹਿਣਗੇ ਸੋ ਹਾਂ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਕੀ ਸਰਕਾਰ ਨੇ ਬੜੀ ਖਚਾਈ ਕੀਤੀ ਹੈ ਅਫਸਰਾਂ ਦੀ ਕਿ ਵੈਸਟ ਹਲਕੇ ਦੇ ਵਿੱਚ ਹੁਣ ਮੈਂ ਦੇਖ ਰਿਹਾ ਕਿ ਅੱਜ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਸੀ ਤਾਂ ਬੜੇ ਵੱਡੇ ਪੱਧਰ ਤੇ ਉੱਤੇ ਜਿਹੜੀ ਹੈ ਇਹਦੀ ਕਰ ਰਹੀ ਹੈ ਸਰਕਾਰ ਐਫਰਟ ਕਰ ਰਹੀ ਹੈ ਤਾਂ ਲੋਕ ਇਹ ਜਾਣਦੇ ਆ ਕਿ ਇਲੈਕਸ਼ਨ ਹੈ ਇਸੇ ਕਰਕੇ ਕੰਪਲੀਟਾਂ ਠੀਕ ਕਰ ਰਿਹਾ ਜਾਂ ਉਹ ਕਰ ਰਿਹਾ ਪਰ ਜਨਰਲ ਜਿਹੜੀਆਂ ਬੇਸਿਕ ਸੁਵਿਧਾਵਾਂ ਮੇਰਾ ਖਿਆਲ ਹੈ ਕਿ ਇਲੈਕਸ਼ਨ ਜਿਹੜਾ ਇਹਦੇ ਉੱਤੇ ਹੀ ਲੜਿਆ ਜਾਏਗਾ ਆਖਰੀ ਟਿੱਪਣੀ ਕਿੱਥੇ ਕਿਖ ਦਿਖਦੇ ਹੋ ਹਾਲਾਤਾਂ ਨੂੰ ਸਿਆਸਤ ਕਿਸ ਤਰ੍ਹਾਂ ਦੀ ਰਹੇਗੀ ਇਹਨਾਂ ਚੋਣਾਂ 'ਚ ਦੇਖੋ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਆ ਤੁਸੀਂ ਸਾਰੇ ਅਸੀਂ ਸਾਰੇ ਜਾਣਦੇ ਆ ਕਿ ਕੰਸੋਲੀਡੇਟ ਆ ਔਰ ਤਕਰੀਬਨ ਇਸ ਹਲਕੇ 'ਚ ਅਸੀਂ ਕਾਂਗਰਸ ਤੋਂ ਲਗਭਗ 15 ਕਿਸੋ ਵੋਟ ਹੈ ਜਿਹੜਾ ਉਹ ਪਿੱਛੇ ਰਹੇ ਸੀਗੇ ਔਰ ਆਮ ਆਦੀ ਪਾਰਟੀ ਹੈ ਜਿਹੜੀ ਉਹ 15000 ਵੋਟ ਮਿਲੇ ਸੀ ਉਹਨੂੰ ਟੋਟਲ ਔਰ ਆਮ ਆਦਮੀ ਪਾਰਟੀ ਹੁਣ ਜਿੰਨੀ ਵੀ ਵਧੇਗੀ ਵੋਟ ਇਹ ਸਾਰਾ ਵੋਟ ਸ਼ੇਅਰ ਹੈ ਜਿਹੜਾ ਕਾਂਗਰਸ ਦੇ ਖਾਤੇ ਦੇ ਵਿੱਚੋਂ ਘਟੇਗਾ ਔਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਚੰਗੇ ਮਾਰਜਨ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਸੀਟ ਜਿੱਤੇਗੀ ਮੁਕਾਬਲਾ ਤੁਹਾਡਾ ਮੁੱਖ ਤੌਰ ਤੇ ਕਿਸ ਦੇ ਨਾਲ ਹੋਏਗਾ ਮੁਕਾਬਲਾ ਮੁੱਖ ਤੌਰ ਤੇ ਇਹ ਤਾਂ ਕੈਂਡੀਡੇਟ ਜਦੋਂ ਉਤਾਰੇ ਉਤਾਰਨ ਗਿਆ ਪਾਰਟੀਆਂ ਫਿਰ ਉਹਦੇ ਹਿਸਾਬ ਨਾਲ ਹੀ ਡਿਸਾਈਡ ਹੋਏਗਾ ਸਾਰਾ ਕਾਂਗਰਸ ਦੀ ਤੇ ਸੱਤਾ ਧਿਰ ਦੀ ਮੌਜੂਦਾ ਸਥਿਤੀ ਨੂੰ ਅਗਰ ਆਪਾਂ ਪਾਪ ਲਈਏ ਹਾਲਾਤਾਂ ਨੂੰ ਦੇਖ ਲਈਏ ਪਾਰਲੀਮੈਂਟ ਚੋਣਾਂ ਨੂੰ ਦੇਖ ਲਈਏ ਕੀ ਲੱਗਦਾ ਦੋਨਾਂ ਚੱਕੀ ਦੇ ਨਾਲ ਤੁਹਾਡੀ ਮੁੱਖ ਟੱਕਰ ਹੋ ਸਕਦੀ ਹੈ ਦੇਖੋ ਮੈਨੂੰ ਤਾਂ ਲੱਗਦਾ ਕਿ ਟੱਕਰ ਸਰਕਾਰ ਨਾਲ ਰਹੇਗੀ ਕਿਉਂਕਿ ਸਰਕਾਰ ਨੇ ਜਿਹੜੇ ਐਕਸਟਰਾ ਐਫਰਟ ਹਰ ਤਰ੍ਹਾਂ ਦੀ ਜਿਹੜੀ એનર્ਜੀ ਆਪਣੀ ਇੱਥੇ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਮੈਨੂੰ ਲੱਗਦਾ ਮੁੱਖ ਮੁਕਾਬਲਾ ਸਰਕਾਰ ਨਾਲ ਰਹੇਗਾ ਪਾ ਸੁਸ਼ੀਲ ਕੁਮਾਰ ਰਿਕੂ ਹਣੇ ਸਾਬਤ ਤੌਰ ਤੇ ਕਹਿੰਦੇ ਨੇ ਕਿ ਬੜੇ ਦਿਲਚਸਪ ਚੋਣਾਂ ਜਿਹੜੀ ਇਹ ਹੋਣ ਵਾਲੀ ਆ ਸਰਕਾਰ ਨਾਲ ਸਿੱਧਾ ਮੁਕਾਬਲਾ ਕਹਿੰਦੇ ਨੇ ਕਿ ਹੋਏਗਾ ਕਿਉਂਕਿ ਇਸ ਸੀਟ ਤੇ ਸਾਰੀਆਂ ਪਾਰਟੀਆਂ ਚਾਹੇ ਸੱਤਾਧਿਰ ਹੈ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਤੇ ਚਾਹੇ ਕੋਈ ਇੰਡੀਪੈਂਡੈਂਟ ਵੀ ਚੋਣ ਮੈਦਾਨ ਦੇ ਵਿੱਚ ਆਵੇ ਅਕਾਲੀ ਦਲ ਸਮੇਤ ਸਾਰੇ ਆਪਣਾ ਵजूद ਬਚਾਉਣ ਦੀ ਲੜਾਈ ਇਸ ਸੀਟ ਤੇ ਲੜਨਗੇ ਦੇਖਦੇ ਹਾਂ ਹਾਲਾਤ ਕੀ ਰਹਿਣਗੇ ਪਰ ਫਿਲਹਾਲ ਸੁਸ਼ੀਲ ਕੁਮਾਰ ਰਿੰਕੂ ਹੋਣੀ ਇਸ ਸੀਟ ਤੇ ਆਪਣੇ ਸਾਥੀ ਚੀਤਲ ਅੰਗਰਾਲ ਦੀ ਦਾਵੇਦਾਰੀ ਜਿਤਾਉਂਦੇ ਨਜ਼ਰ ਆ ਰਹੇ ਨੇ ਕੈਮਰਮੈਂਟ ਸੁਖਿੰਦਰ ਢਾਲੀਵਾਲ ਦੇ ਨਾਲ ਨਿਪਿੰਦਰ ਸਿੰਘ ਬਰਾੜ న్యూਸ 18 ਚਲੰਗਰ